ਤੇ ਤੇਰੇ ਬਾਬੇ ਨਾ ਲੱਗੇ। ਇਹ ਜਿਵੇਂ ਹੁਣ ਹਵਾ ਚੱਲੀਏ ਨਾ ਜ਼ਦਾਰੋ, ਤੇ ਇਹ ਕਨਾਤ ਹਲ ਗਈ ਹੈ, ਸਾਹਿਬਾਨ ਹਲ ਗਿਆ। ਗੁਰਮਿਲ ਖੁਦ ਰਿਵਾਇਤ ਕਰਦਾ ਹੈ, ਆਦਾ ਜਦੋਂ ਮੈਂ ਹੁਣ ਤੀਰ ਜੋੜਿਆ ਤੇ ਅਚਾਨਕ ਹਵਾ ਦਾ ਝੋਂਕਾ ਆਇਆ, ਜਿਹਦੀ ਨਹੀਂ ਔਲਾਦ ਝੋਲੀ ਵਿੱਚ ਰੱਖੇ ਮੈਂ ਬੜਾ ਮੋਹਰ ਲਵੈਣ ਪੜਨ ਲੱਗਾ। ਆਦਾ ਅਚਾਨਕ ਹਵਾ ਦਾ ਆਇਆ ਝੋਂਕਾ, ਤੇ ਉਸ ਝੋਂਕੇ ਨਾਲ ਸਗੀਰ ਦੇ ਚਿਹਰੇ ਤੋਂ ਕੱਪੜਾ ਹਟ ਗਿਆ। ਆਏ ਅਲਮ ਤੇ ਮੇਰਾ ਹੱਥ ਰਤਵਾਲ ਦੇ ਅਜ਼ਾਦਾਰੋ, ਅੱਗੇ ਮਿੱਟੀ ਤੇ ਬਹਿ ਗਿਆ ਰਬਾਬ ਦੇ ਪੁੱਤਰ ਦਾ ਕਾਤਿਲ, ਤੇ ਐਂ ਹੱਥ ਕਰਕੇ ਆਦਾ ਮੁਖਤਾਰੋ ਕੋਈ ਏਡਾ ਸੋਹਣਾ ਬੱਚਾ, ਉਹ ਕੋਈ ਏਡਾ ਸੋਹਣਾ ਬੱਚਾ, ਮੈਂ ਆਪਣੀ ਜ਼ਿੰਦਗੀ ਵਿੱਚ ਉਸ ਤੋਂ ਸੋਹਣਾ ਬੱਚਾ ਕਦੀ ਨਹੀਂ ਵੇਖਿਆ। ਜਿਹੜਾ ਸ਼ੀਆ ਇੱਕ ਵਾਰੀ ਹਾਏ ਕਰੇ, ਸੀਨੇ ਤੇ ਹੱਥ ਮਾਰੇ ਤੇ ਘਰ ਜਾ ਕੇ ਸੋਚੀ, ਜਿਹੜਾ ਕਾਤਿਲ ਦੀ ਨਜ਼ਰ ਵਿੱਚ ਇਤਨਾ ਸੋਹਣਾ ਆਈ, ਉਹ ਮਾਂ ਦੀ ਨਜ਼ਰ ਕਿਉਂ? ਮੇਰੀ ਸੈਣ ਸਾਰੀ ਜ਼ਿੰਦਗੀ ਬਾਦ ਅਸਕਰ ਬਲਾ ਧੁੱਪੇ ਬੈਠੀ ਰਹੀ, ਕਿਉਂ ਨੂੰ ਅਲੀ ਦੀ ਸਾਰੀ ਜ਼ਿੰਦਗੀ ਠੰਡਾ ਪਾਣੀ ਨਹੀਂ ਪੀਤਾ? ਔਰ ਅਜ਼ਾਦਾਰੋ, ਖੁਦਾ ਤੁਹਾਡੇ ਆਸੂ ਕਬੂਲ ਕਰੇ, ਇਸ ਗਮ ਦੇ ਸਿਵਾ ਕਦੀ ਨਾ ਰੋਵੇ। ਮੈਂ ਤੁਹਾਨੂੰ ਦੁਆ ਦੇਣਾ, ਹੁਸੈਨ ਦੇ ਸਭ ਤੋਂ ਵੱਡੇ ਇਮਤਿਹਾਨ ਦਾ ਨਾਮ ਅਲੀ ਅਸਗਰ। ਫਿਰ ਵਾਜ਼ੇ ਕਰਾਂ, ਮੈਂ ਤਾਂ ਸ਼ਹਾਦਤ ਦੀ ਗੱਲ ਤਾਂ ਕੀਤੀ ਨਹੀਂ, ਮੈਂ ਤਾਂ ਬਾਤ ਮੁਖਤਲਿਫ ਪਾਸੋਂ ਅਲੀ ਅਸਗਰ ਦੀ ਗੁਰਬਤ ਦੱਸ ਰਿਹਾ। ਸਭ ਤੋਂ ਵੱਡਾ ਇਮਤਿਹਾਨ ਹੁਸੈਨ ਦਾ ਅਲੀ ਅਸਗਰ, ਅਲੀ ਅਕਬਰ ਤੋਂ ਵੱਡਾ ਇਮਤਿਹਾਨ ਹੁਸੈਨ ਦਾ ਅਲੀ ਅਸਗਰ, ਅਬਾਸ ਤੋਂ ਵੱਡਾ ਇਮਤਿਹਾਨ ਹੁਸੈਨ ਦਾ ਅਲੀ ਅਸਗਰ। ਕਿਉਂ? ਗਾਜ਼ੀ ਦੇ ਬਾਜ਼ੂ ਕੱਟੀ ਦੇ ਨਿਸ ਡਿੱਠੇ, ਅਕਬਰ ਦੀ ਬਰਛੀ ਕੱਢੀ ਇਸ ਲੱਗਦੀ ਨਿਸ ਡਿੱਠੀ। ਜਨ ਸਮਝ ਆ ਰਹੀ, ਉਹਦੀ ਹਾਏ ਨਿਕਲ ਰਹੀ ਹੈ। ਕਾਸਿਮ ਦੇ ਟੁਕੜੇ ਚੁਣੇ ਸੋ ਹੁੰਦੇ ਨਿਸ ਡਿੱਠੇ, ਅਸਗਰ ਦਾ ਤੀਰ ਲੱਗਦਾ ਵੀ ਡਿੱਠਾ। ਖੁਦਾ ਦਰਜਾਤ ਬੁਲੰਦ ਕਰੇ ਪੀਰਿਆ, ਤੁਹਾਡੇ ਇਲਾਕੇ ਦਾ ਨਾਂ, ਤੁਹਾਡੀ ਮਿੱਟੀ ਦਾ ਨਾਂ, ਤੁਹਾਡੇ ਘਰ ਦਾ ਨਾਂ, ਪੀਰਿਆ ਹੁਸੈਨ ਸ਼ਾਹਰਾ ਦੇ, ਉਹ ਆਉਂਦਿਆਂ ਕਰਬਲਾ ਵਾਲੀਆਂ ਮਾਵਾਂ ਨਾਲ ਨਾ ਹਾਜਰਾ ਰਲ ਸਕਦੀ ਹੈ, ਨਾ ਹਵਾ ਰਲ ਸਕਦੀ ਹੈ। ਬੜਾ ਦਰਦਨਾਕ ਜੁਮਲਾ, ਆਉਂਦਿਆਂ ਹਾਜਰਾ ਸੱਤ ਵਾਰੀ ਦੌੜੀ ਮੇਰਾ ਮਰ ਨਾ ਜਾਏ, ਰਬਾਬ ਸੱਤ ਵਾਰੀ ਦੌੜੀ ਮੇਰਾ ਬਚ ਨਾ ਜਾਏ। ਆਬਾਦ ਰਵੇ, ਆਬਾਦ ਰਹੋ, ਅਜ਼ਾਦਾਰੋ ਆਬਾਦ ਰਹੋ, ਕਦੀ ਨਾ ਰੋਵੋ ਇਸ ਗਮ ਦੇ ਵਿੱਚ। ਬਾਤ ਨੇੜੇ ਕਰਦੇ ਹਾਂ, ਜੋ ਹੁਕਮ ਆਈ ਉਹਦੇ ਦੋ ਵੈਣ ਕਰਦੇ ਹਾਂ। ਅਜ਼ਾਦਾਰੋ, 27 ਕਿਲੋ ਦੀ ਕਮਾਨ ਚੋਂ 9 ਕਿਲੋ ਦਾ ਤੀਰ, 36 ਸਾਲਾਂ ਦੇ ਕਾਤਿਲ, 6 ਮਾਹ ਦੇ ਮਕਤੂਲ ਛੋੜਿਆ, ਤੀਰ ਐਡਾ ਵਜ਼ਨੀ ਆਈ, ਐਡਾ ਵਜ਼ਨੀ ਆਈ, ਐਡਾ ਵਜ਼ਨੀ ਆਈ, ਮਾਰਿਆ ਨਾ ਸਿਰਫ ਰੱਖ ਦਿੰਦਾ। ਸਿਰਫ ਉਹ ਤੀਰ ਇੰਜ ਰੱਖ ਦਿੰਦਾ, ਕਿਹੜੀ ਕਿਹੜੀ ਗੁਰਬਤ ਦੀ ਗੱਲ ਕਰੀਏ। ਅਲੀ ਅਸਗਰ ਕਰਬਲਾ ਦੀ ਜਾਂ ਕਹਾਣੀ ਵਿੱਚ ਉਹ ਗੱਲਾਂ ਆਪਣੇ ਨਾਮ ਲਿਖਵਾਈਆਂ। ਅਲਾਮਾ ਔਲਾਦ ਹੈਦਰ ਫੌਕ ਦੀ ਬਾਤ ਯਾਦ ਆ ਗਈ ਹੈ, ਕਿਆ ਲਖਨਵੀ ਅੰਦਾਜ਼ ਵਿੱਚ ਉਹਨਾਂ ਗਮ ਲਿਖਿਆ ਅਲੀ ਅਸਗਰ ਦਾ। ਜ਼ਰਾ ਦੁਆ ਫਰਮਾਣਾ, ਜ਼ਰਾ ਸੁਣਨਾ। ਜਵਾਦ ਸ਼ਾਹ ਜੀ ਅਲਾਮਾ ਸਾਹਿਬ ਲਿਖ ਰਹੇ ਹਨ, ਬਈ ਹੁਸੈਨ ਤਰਤੀਬ ਨਾਲ ਸਾਰਿਆਂ ਨੂੰ ਭੇਜਿਆ, ਔਰ ਹੁਸੈਨ ਦੀ ਤਰਤੀਬ ਵਿੱਚ ਆਈ ਪਿਆਸ। ਉਹ ਲਿਖ ਰਹੇ ਹਨ ਕਿ ਜਿਸਮੇ ਜਿਤਨੀ ਪਿਆਸ ਬਰਦਾਸ਼ਤ ਕਰਨੇ ਕੀ ਸਖਤ ਥੀ, ਔਰ ਜੋ ਜਹਾਂ ਤੱਕ ਪਿਆਸਾ ਰਹਿ ਕੇ ਹੁਸੈਨ ਕਾ ਸਾਥ ਦੇ ਸਕਤਾ ਥਾ, ਹੁਸੈਨ ਉਸੇ ਉਸ ਤਰਤੀਬ ਸੇ ਭੇਜਦੇ। ਅੱਗੋਂ ਨਾ ਲਿਖਿਆ, ਅਕਬਰ ਪਹਿਲੇ ਕਤਲ ਹੋਏ, ਅਬਾਸ ਪਹਿਲੇ ਕਤਲ ਹੋਏ, ਆਉਨ ਪਹਿਲੇ ਕਤਲ ਹੋਏ, ਮੁਹੰਮਦ ਪਹਿਲੇ ਕਤਲ ਹੋਏ, ਕਾਸਿਮ ਪਹਿਲੇ। ਘਰ ਜਾ ਕੇ ਸੋਚੀ ਅਲੀ ਅਸਗਰ ਕਿਸ ਹੌਸਲੇ ਦਾ, ਸ਼ਬੀਰ ਤੋਂ ਪਹਿਲੇ ਆਖਰੀ ਸ਼ਹੀਦ ਦਾ ਨਾਮ ਅਲੀ ਅਸਗਰ, ਸ਼ਬੀਰ ਤੋਂ ਪਹਿਲੇ ਆਖਰੀ ਸ਼ਹੀਦ ਦਾ ਨਾਮ ਅਲੀ ਅਸਗਰ। ਔਰ ਅਜ਼ਾਦਾਰਾਂ ਨੇ ਹੁਸੈਨ ਜਿਹੜੀ ਲੜ ਹਟਾ ਕੇ ਵੇਖ ਰਹੀ ਆਈ, ਉਹ ਸ਼ਹਿਜ਼ਾਦੇ ਦੀ ਮਾਂ ਆਈ।
نسیم صاحب فرمایا اگر حسین اپنے شہزادے کو مضبوطی سے نہ پکڑتے جہاں جہاں تیر جاتا وہاں وہاں سہی. ماں کے آخے آئی, ماں آخے آئی علی اصغر ہوشیار, اصغر تیرا تیر ہے, اصغر تیرے واوے نہ لگے, اصغر میرا سیدہ نال رشتہ پہ مکد. نکلیا تیر رونا سگی, اچا رویا شبیر, تیر اصغر دی گردن چپا رو کے شبیر دے بازو تیا لگا. حسین آدن میرے پتر دے لب حل دے پئے, شبیر آدن میں سوچیا دا اسی بابا میں تیر کھا گئے, شبیر آدن اپنے درد دا احساس کران دا اسی جیڑا صابر آئی حسین چیخا نال رویا ہے جدن شبیر پتر دے منہ نال کن لائے. شبیر آدن تیر دی گل نہیں پیا کردا, ہولے ہولے آدائی بابا میری اماں تے ناراض نہ ہو. آباد رہو, آباد رہو جنہ دی ہائے نکلی ہے, کدی نہ روے آزاد. بابا میری اماں تے ناراض نہ ہو, میں بابا کوشش بڑی کیتی ہے, تیر وڈا آئی میری گردن چھوٹی. آزادارا اکبر دی برچی ایک پل چ کڈن لگ حسین, نو واری حسین اصغر دے تیر چھت پایا, ہاتھ کم دے حسین ہٹا لیندا ہے. پتر والے بندے واسطے گل ہے, ہاتھ کیوں کم دے آئے نو منڈی دے آزادارا, جدوں زور لاندا ہے اصغر دا کھلے ہویا منہ نظر آندا, کھلی ہویا اکھاں نظر آندیاں, صابر دے ہاتھ کم دے اچانک کوئی زخمی ہاتھ ہے جڑا اصغر دی کان ملن لگ پیا. ہولے ہولے وین آیا میں کان ملے دیاں, توں تیر چھک لے شبیر آدن کون ہے, ہولے ہولے وین آئے تیری اماں زہرا. مرحبا مرحبا مرحبا, آباد رویں آباد رویں آزادار ہو, خلی باؤں کر کے رونے لے آزادار ہو. اماں زہرا نکل آیا تیر, سنی اس لینا نکل آیا تیر, حسین پتر دی گردن تے کپڑا دیتا ہے, یہ این شبیر پتر اتھے چاہے اپنے آپ نو پیا دے انج لے گیا, مت ماں مر جاوس, مت بھینا مر جا. ست واری اگے آشور دے امال, ست واری پیچھے شبیر کیوں ٹرے, ان صابر پیا سوچدا کیویں لے ویسا. آزادارو میری آخری گل تے ماتمی نہ آلے, میرے مولا حوصلہ کر کے علی اصغر دی اماں دے خیمے چ قدم رکھے آئے. یا ایران دی ملکہ نے پہلا سوال کیتا ہے, مولا پانی پی آیا ہے؟ آباد رہیں آباد رہیں آباد رہیں آزادار. مولا پانی پی آیا ہے؟ میرے مولا فرمایا ہاں پی آیا ہے. اگر اجازت دیو مولا تو میں پتر دا منہ ویکھ لواں, سیدہ دین اہل رباب ویکھ لے. آزادارو میری گواہی دے ویا ہے, ماں جد نکی اولاد جھولی علی اولاد, تھوڑی دیر بعد جھولی چاوے. ماواں انج نہیں چاندیاں, ماواں انج چاندیاں, لایا قرآن رکھ میرے سر تے رباب انج چایا ہے, گردن ایتھے آ گئی ہے, رباب دے بال سفید ہو گئے. حسین پتر واپس لے لے کے یاد آئے, رباب تو خوف بیگانی ہے, ذرا پتر نرو جل. مرحبا 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 شرازی بادشاہ, تھوڑا جا آوازی کو نال کھولے آئے, کدی نہ رو آزادار میری سوائن نے پتر چاہیا. شبیر آدھے انجنا کار, حوصلہ کر ربا, میں پتر دفنانا ہے, میں چھپانا ہے, خیمیاں دے پچھے پاسے میرے نالا, تو پتر چاہ میں قبر بناواں. شبیر بابی علی تلوار کڈیے اور اتوال لے آزادار حسین, مٹیے تلوار پائیے یا چوتھے آسمان تو وین آیا, میرا اللہ اے ہوا حسین ہے جن پرا تے چاہ کے میں کھڈاندا رہا. آواز رب جلیل آیا, ہاں جبرائیل ہوا حسین ہے, مگر او شان آئی امتحان ہے, اللہ اجازت دے میں حسین دی مدد کردا, اجازت ہے. جبرائیل آپ نہیں آیا, عباس دی شکل بنا کے آئے. شبیر دے کھبے ہاتھ جبرائیل ہاتھ رکھیا ہے, ہاتھ چمکیا دے مولا پیچھے ہو جا, پتراں دی قبراں نہیں بنائی دیاں. حسین تلوار چھوڑ دیتی ہے, جبرائیل دا ہاتھ ناپ کے آدا ہے, تو جبرائیل ہے میں حسین, حکم پیا دینا عباس دی شکل نہ بنا, مت زینب باہر ہائے آ جاوے میں جیندا ہاں, مر ویسا ایک لحظے دا. میرے مولا دعائیں مستجاب فرما, ذکر ادا قبول فرما.
ماشاءاللہ جی، جزاک اللہ جی، واہ واہ کیا بات۔